ਗੋਰਿਆਂ ਦੀ ਕਾਢ ਆ ਜੌਂਡੀਅਰ, ਉਹਨਾਂ ਦੇ ਇੰਪਲੀਮੈਂਟ ਵਧਾਈ ਜਾਂਦੇ, ਉਹ ਵੱਡੇ ਕਰੀ ਜਾਂਦੇ ਆ, ਟਰੈਕਟਰ ਉਹਨਾਂ ਦਾ ਮੱਠਾ ਹੀ ਤੁਰਦਾ, ਐਂ ਨਹੀਂ ਵੀ ਰੇਸੋ ਰੇਸ ਆ ਇੱਥੇ। ਜਿਵੇਂ ਹੁਣ ਰੂਟਾਵੇਟਰ ਦੀ ਐਡ ਕਰਤੀ ਜੀ, ਗਲਾਸ ਰੱਖਤਾ ਉੱਤੇ ਪਾਣੀ ਡੁੱਲਦਾ ਨਹੀਂ, ਅਤੇ ਡੋਲੀ ਜਾਵੇ ਪੈਲੀ ਤਾਂ ਵਾਹੁਣੀ ਚਾਹੀਦੀ ਆ। ਸੁੱਕੇ ਵਾਹਣ 'ਚ ਰੂਟਾਵੇਟਰ 'ਤੇ ਕਿੰਨਾ ਕੁ ਜ਼ੋਰ ਲੱਗਦਾ ਬਈ, ਸੁੱਕੇ ਵਾਹਣ 'ਚ ਤੁਸੀਂ ਰੇਤਾ ਵਾਲੇ ਥਾਂ 'ਤੇ ਲੈ ਕੇ ਚੱਲੋ, ਭੰਬਦੀ 25 ਗੇਰਾਂ ਨੂੰ ਪਾ ਦਿਓ, ਆਹ ਰੂਟਾਵੇਟਰ 'ਤੇ ਨਹੀਂ ਜ਼ੋਰ ਲੱਗਣਾ। ਜਲੰਧਰ ਵਾਲੇ ਪਾਸੇ ਜਿੱਥੇ ਵਲੀ ਦਾ ਘਾਹ ਪਤਾ ਤਾਂ ਉੱਥੇ ਲੱਗਦਾ, ਉੱਥੇ ਗਲਾਸ ਰੱਖ ਕੇ ਵਿਖਾਉਣ। ਟਰੈਕਟਰ 4x4 ਆ, ਅਤੇ ਅੱਗ ਆਪਾਂ ਇੱਕ ਪਾਸੇ ਦੂਜੇ ਪਾਸੇ ਲਾ ਦੇਣੀ ਆ। ਜਿੰਨੀਆਂ ਰੀਲਾਂ ਵੇਖ ਲਿਓ 4x4 ਵਾਲਿਆਂ ਦੀ ਅੱਗ ਬਾਹਲੀ ਲਾਈ ਵੀ ਆ। ਸਹੀ ਹੈ, ਜਿਹੜੇ ਮੇਰੇ ਵਰਗੇ ਕੋਲ, ਮੈਂ ਤਾਂ ਉਹ ਟਰੈਕਟਰ ਆਪਣੇ ਕੋਲ, ਉਹ ਹੌਲੈਂਡ ਆ, ਟਰੈਕਟਰ ਵੱਡੇ ਵੀ ਖੜ੍ਹੇ ਸੀਗੇ, ਉਹ ਜੌਂਡੀਅਰ ਪੈਲੀ ਮੈਂ ਉਹਦੇ ਨਾਲ ਵਾਹੀ ਆ, ਵੀ ਮਾੜੀ ਮੋਟੀ ਇਹ ਸੰਗ ਖਾਣ ਸਾਰੇ ਹੱਲ ਹੋ ਜਾਂਦੇ ਆ, ਸਾਰਾ ਕੁਛ। ਸਰਕਾਰ ਜੇ ਰੋਕਦੀ ਆ ਕਿਸੇ ਗੱਲੋਂ ਤੇ ਖੀਰੀ ਮੁੜ ਘੁੜ ਕੇ ਆਪਣੀ ਵਾਪਤੀ ਕਰਦੇ ਆ। ਕਿੱਡੇ ਕਿੰਨੇ ਸੋਹਣੇ ਦਰਖਤ ਮਚਾਤੇ ਯਾਰ ਲੋਕਾਂ ਨੇ, ਬਹੁਤ ਮਚਦੇ ਆ, ਬਹੁਤ ਜ਼ਿਆਦਾ। ਮਾਰਨਾ ਕਰਾਸਾਂ ਨੂੰ ਗਰੀਸ ਨਹੀਂ ਹੁੰਦਾ, ਅਤੇ ਜਦੋਂ ਤੱਤੇ ਹੋਈ ਜਾਂਦੇ ਤੇ ਉਹਨਾਂ ਦੀਆਂ ਵੀਡੀਓ ਪਾਈ ਜਾਂਦੇ ਨੇ, ਤੇ ਸਾਡੇ ਝੋਟੇ ਨੇ ਗਰਮ ਕਰਤਾ, ਸਾਡੇ ਝੋਟੇ ਨੇ ਕਰਾਸ ਤਾਂ 200 horsepower ਟਰੈਕਟਰ ਗਰਮ ਨਹੀਂ ਕਰ ਸਕਦਾ ਜੇ ਗਰੀਸ ਹੋਇਆ ਹੋਵੇ। 265 ਟਰੈਕਟਰ ਨਾ, ਜੇ ਕੋਈ ਸਿੰਪਲ ਕੰਮ ਲੈਣਾ, ਟਰਾਲੀ ਦਾ ਕੰਮ ਲੈਣਾ, ਵੱਡਿਆਂ ਵੱਡਿਆਂ ਦੀ ਗੋੜ ਨਹੀਂ ਲਵਾ ਕੇ ਰੱਖਦਾ, 265 ਹੀ ਠੀਕ ਆ। ਪਰ ਇਹ ਦੂਤਲੇ ਨਹੀਂ ਮੈਨੂੰ ਪਸੰਦ, ਨੋਵੋ ਮਾਡਲ ਨਹੀਂ ਮੈਨੂੰ, ਮੈਨੂੰ ਨਹੀਂ ਪਸੰਦ ਗਾ, ਕਿਸੇ ਦੀ ਪਸੰਦ ਹੋਵੇ ਕਹਿ ਨਹੀਂ ਸਕਦਾ ਗਾ। ਇੱਕ ਬੰਦੇ ਨੇ ਰੱਟ ਫੜ ਲਈ ਜੀ, ਸਵਰਾਜ ਹੀ ਸਾਰਾ ਕੁਛ ਆ, ਉਹ ਵੀ ਨਹੀਂ ਸਹੀ। ਪਹਿਲਾਂ ਕੋਈ ਚੀਜ਼ ਨੂੰ ਕਹਿੰਦੇ ਹੁੰਦੇ ਇਸਤੇਮਾਲ ਕਰੋ ਅਤੇ ਫਿਰ ਵਿਸ਼ਵਾਸ ਕਰੋ। ਇਹ ਹੌਲੈਂਡ ਟਰੈਕਟਰ ਇਕੱਲੀ ਵੱਡੀ ਮਸ਼ੀਨ 'ਤੇ ਪਿੱਛੇ ਰਹਿ ਸਕਦਾ ਕਿਸੇ ਨਾਲ, ਇਕੱਲੀ ਵੱਡੀ ਮਸ਼ੀਨ 'ਤੇ, ਬਾਕੀ ਜਿੰਨੇ ਮਾਰਕੀਟ ਟਰੈਕਟਰ ਚੱਲਦੇ ਆ ਸਾਰਿਆਂ ਦੀ ਗੋੜ ਨਹੀਂ ਲਵਾ ਕੇ ਰੱਖਦਾ ਹਰ ਇੱਕ ਕੰਮ 'ਤੇ। ਇਹ ਹੌਲੈਂਡ ਤਾਂ ਹੈ ਜੇ ਇਹਦੇ ਡਾਇਰੈਕਸ਼ਨ ਹੈ, ਜਿੱਦਣ ਇਹ ਕੰਪਨੀ ਨੇ ਲੋਕਾਂ ਦੇ ਕਹਿਣ 'ਤੇ ਕਰਕੇ ਵੇਖਿਆ ਸੀਗਾ ਸਿੱਧੇ ਐਕਸਲਾਂ ਵਾਲਾ, ਤੁਸੀਂ ਉਹ ਕਾਢ ਦੱਸ ਉਹਦਾ ਮਾਡਲ ਦਾ ਨਾਂ ਜਿਹੜਾ ਮੈਂ ਵੇਖਿਆ, ਹੋਰ ਵੀ ਆਉਂਦੇ ਹੋਣਗੇ, ਪਰ ਉਹ ਇਹਦਾ ਤੋੜ ਨਹੀਂ। ਇਹ ਜਿਹੜੇ ਕੰਮ ਵਾਸਤੇ ਤੁਸੀਂ ਜਿਹੜੇ ਬੰਦੇ ਚਾਰ ਪਾਉਂਦੇ ਆ, ਉਹਨਾਂ ਨੂੰ ਪਤਾ, ਕਿਉਂਕਿ ਜਿਵੇਂ ਵਿਚੋਲਿਆਂ ਨੂੰ ਪਤਾ ਹੁੰਦਾ ਕਿਹੜੇ ਪਿੰਡ 'ਚ ਕਿਹੜਾ ਬੰਦਾ, ਉਵੇਂ ਉਹ ਜਿਹੜੇ ਬੰਦੇ ਚਾਰ ਆਪਦਾ ਕੰਮ ਕਰਦੇ ਮੱਕੀ ਦਾ, ਤੁਸੀਂ ਉਹਨਾਂ ਨੂੰ ਪੁੱਛ ਕੇ ਵੇਖ ਲਿਓ ਵੀ ਜੇ ਖੋਭਾ ਹੈ ਤਾਂ ਕਿਹੜਾ ਟਰੈਕਟਰ ਟਰਾਲੀ ਕੱਢ ਕੇ ਲਿਆਉਂਦਾ। ਆਹ ਦੇਖਿਓ, ਇਹਦੀ ਲੈਫਟ ਦਾ ਕੋਈ ਕੰਮ ਆ, ਇਹਦੇ ਥੱਲੇ ਵਾਲੇ ਪਾਸੇ ਨੂੰ ਛੇੜਛਾੜ ਕੋਈ ਨਹੀਂ ਗੀ, 10 ਮਿੰਟਾਂ 'ਚ ਉਹਨੇ ਲੈਫਟ ਆਪਾਂ ਚੱਕ ਕੇ ਪਾਸੇ ਰੱਖ ਲੈਣਾ, 6,000 to 7,000 ਰੁਪਈਆ ਇਹਦੀ ਲੈਫਟ 'ਤੇ ਲੱਗਦਾ ਜੇ ਫੋਲੋ ਕੇ ਕਰਨੀ ਹੈ। ਥੱਲੇ ਵਾਲੇ ਪਾਸੇ ਨਾਲ ਕੋਈ ਕਨੈਕਟ ਨਹੀਂ ਗਾ। ਆਮ ਟਰੈਕਟਰ ਜੇ ਮਹਿੰਦਰੇ ਦੀ ਲੈਫਟ ਖੋਲਣੀ ਆ, ਹੋਰ ਟਰੈਕਟਰ ਦੀ ਖੋਲਣੀ ਆ, ਕਿੰਨੀ ਜਗਾੜਬਾਜ਼ੀ ਕਰਨੀ ਪੈਂਦੀ ਆ। ਨਹੀਂ, ਇਹਨੂੰ ਸਭ ਤੋਂ ਵੱਡੀ ਸਮੱਸਿਆ ਆਉਂਦੀ ਜਿਵੇਂ ਲੰਮਾ ਚੱਲਦਾ, ਇਹਦੀ ਸੀਲ ਲੀਕ ਹੋ ਜਾਂਦੀ ਆ ਜਦੋਂ ਹਵਾ ਬਣ ਜਾਂਦੀ ਡਾਇਰੈਕਸ਼ਨ 'ਚ, ਉਹ ਵੀ ਤਾਂ ਜੇ ਆਪਾਂ ਤੇਲ ਤੂਲ ਮੌਕੇ 'ਤੇ ਬਦਲੀ ਨਹੀਂ ਕਰਦੇ, ਜਿਹੜਾ ਸਹੀ ਕੰਪਨੀ ਦਾ ਤੇਲ ਆਉਂਦਾ ਫਿਰ ਉਹ ਵੀ ਨਹੀਂ ਸੀਲ ਲੀਕ ਹੁੰਦੀ। ਅਸੀਂ ਆਸ਼ਾ ਲਿਆਂਦਾ ਸੀ, ਉਹ ਇਕੱਲੀ ਟਰਾਲੀ ਕਰਦਾ ਹੀ ਕੰਮ, ਟਰਾਲੀ ਵਾਲਾ ਹੀ। ਅੱਛਾ, ਹੋਰ ਉਹਨੂੰ ਉਹ ਤੋਂ ਕੋਈ ਕੰਮ ਨਹੀਂ ਹੋ ਸਕਦਾ ਜੀ। ਠੀਕ ਆ, ਇਹ ਟਰੈਕਟਰ ਅੜੇ ਥੋੜ੍ਹੇ ਉਹ ਕੰਮ ਵੀ ਕਰ ਦਿੰਦਾ ਜਿਹੜਾ ਹੌਲੈਂਡ ਨੇ ਕਰਨਾ, ਜਿਹੜਾ ਜੌਂਡੀਅਰ ਨੇ ਕਰਨਾ। ਖੇਤ ਆਪਾਂ ਮੋਟਰ ਚਲਾਉਣੀ, ਪਨੀਰੀ ਨੂੰ ਪਾਣੀ ਲਾਉਣਾ, ਇਹ ਚਲਾ ਦੂਗਾ। ਸਤਿ ਸ਼੍ਰੀ ਅਕਾਲ ਜੀ, ਅੱਜ ਇੱਕ ਵਾਰੀ ਫਿਰ ਆਪਾਂ ਆਏ ਹਾਂ ਜੀ ਬਾਈ ਨਿਰਭੈ ਕੋਲ, ਜਿਨ੍ਹਾਂ ਨੂੰ ਤੁਸੀਂ ਜੌਂਡੀਅਰ ਟਰੈਕਟਰ ਵਾਲੇ ਵੀਰ ਦੇ ਨਾਂ ਨਾਲ ਜਾਣਦੇ ਆ ਜੀ। ਅੱਜ ਫਿਰ ਕੁਛ ਗੱਲਾਂ ਬਾਤਾਂ ਕਰਾਂਗੇ ਮਸ਼ੀਨਰੀ ਬਾਰੇ, ਕਿਉਂਕਿ ਖੇਤਾਂ ਦੇ ਵਿੱਚ ਅੱਜ ਕੱਲ੍ਹ ਵਹਾਈ ਦਾ ਸਮਾਂ ਚੱਲਦਾ ਪਿਆ, ਕੁਛ ਜਾਣਕਾਰੀਆਂ ਨਵੀਆਂ ਲੈ ਕੇ ਆਪਾਂ ਤੁਹਾਡੇ ਨਾਲ ਅੱਜ ਵੀਡੀਓ ਦੇ ਵਿੱਚ ਸਾਂਝੀਆਂ ਕਰਾਂਗੇ ਜੀ। ਹੋਰ ਬਾਈ ਨਿਰਭੈ, ਕੀ ਹਾਲ ਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ, ਤੁਸੀਂ ਦੱਸੋ? ਬਸ ਠੀਕ ਆ। ਅਤੇ ਅੱਜ ਆਪਾਂ ਆਪਣੇ ਦਰਸ਼ਕਾਂ ਨੂੰ ਕੀ ਕੀ ਨਵਾਂ ਦੱਸਣ ਦੀ ਕੋਸ਼ਿਸ਼ ਕਰਾਂਗੇ? ਅੱਜ
ਆਪਣਾ ਨਾ ਤੁਹਾਨੂੰ ਪਤਾ ਆਪਾਂ ਤਾਂ ਉਹ ਲੈ ਕੇ ਤਾਂ ਕੋਈ ਕਰਦੇ ਨਹੀਂ ਹੁੰਦੇ ਵੀਡੀਓ, ਜਿਹੜੀ ਮੌਕੇ 'ਤੇ ਜਿੱਧਰਲੇ ਪਾਸੇ ਨੂੰ ਇਹ ਪਤਾ ਨਹੀਂ ਵੀਡੀਓ ਨੇ ਕਿਹੜਾ ਮੋੜ ਲੈਣਾ। ਅਤੇ ਪਹਿਲਾਂ ਆਪਾਂ ਇਸ ਕੰਮ ਤੋਂ ਸ਼ੁਰੂ ਕਰ ਲਈਏ, ਆਪਣੇ ਕੋਲ ਨਾ ਟਰੈਕਟਰ ਆ ਵਿਕਾਊ। ਅੱਛਾ, ਇੱਕ ਤਾਂ ਉਹ ਮੋਟੀ ਉਹ ਤਿਆਰ ਕੀਤਾ, ਮਾੜਾ ਇੱਕ ਵਾਰੀ ਕੋਲੇ ਚੱਲਦੇ ਮੋਟਾ ਮੋਟਾ ਦੱਸ ਕੇ ਅਤੇ ਫਿਰ ਆਪਾਂ ਅੱਗੇ। ਇਹ ਫਾਰਮ ਟਰੈਕ 60 ਦਾ ਬਈ, 98 ਮਾਡਲ ਆ ਆਹ ਵਾਲਾ। ਹਾਂਜੀ ਠੀਕ ਆ, ਇਹਨੂੰ ਫੋਰਡ 'ਚ ਕਨਵਰਟ ਕੀਤਾ। ਠੀਕ ਆ, ਇਹ ਤੁਸੀਂ ਦੇਖ ਲਓ ਆਪਦੇ ਵੱਲੋਂ ਤਾਂ ਫੁੱਲ ਰੀਝਾਂ ਲਾਈਆਂ, ਪਾਵਰ ਸਟੇਅਰਿੰਗ ਆ ਅਤੇ ਪਲੇਟਫਾਰਮ ਹੋਣ ਵਾਲੇ ਫਾਰਮ ਟਰੈਕ ਵਾਂਗੂ ਲਾਤਾ, ਫਗਰਾੜ ਚੇਂਜ ਕੀਤੇ ਆ, ਪੇਂਟ ਹੋ ਗਿਆ। ਇਹ ਜਿਹੜਾ ਕੋਈ ਲਿਜਾਊਗਾ ਘਰੇ ਰੱਖਣ ਵਾਸਤੇ ਸ਼ੌਂਕ ਵਜੋਂ ਜਾਂ ਵਹਾਈ ਵਾਸਤੇ ਆ? ਨਹੀਂ ਨਹੀਂ ਵਹਾਈ ਵਾਸਤੇ ਆ ਬਾਈ, ਤੁਸੀਂ ਆਪਣੇ ਕੋਲ ਚੱਲਦਾ ਵੇਖਿਆ ਹੀ ਇਹ। ਹਾਂ, ਔਖੇ ਪੂਰਾ ਕੰਮ ਲੈਂਦੇ ਸੀ ਇਹ ਤੋਂ, ਤੂੜੀ ਵਾਲੀ ਮਸ਼ੀਨ ਤੋਂ ਲੈ ਕੇ ਵਹਾਈ ਤਿੱਕਰ ਮੈਂ ਚਲਾਉਂਦਾ ਹੀ ਜ਼ਿਆਦਾ ਇਹ ਸੀਗਾ। ਠੀਕ ਆ, ਅਤੇ ਐਂ ਨੀਗਾ ਵੀ ਇਹ ਇਕੱਲਾ ਚਮਕ ਦਮਕ ਨਹੀਂ ਗੀ, ਜੇ ਅਗਲੇ ਨੇ ਚਲਾਉਣਾ ਵਾਹੁਣਾ ਕੰਮ ਲੈਣਾ ਤਾਂ ਕੰਮ ਦੇਊਗਾ ਪੂਰਾ ਜਿੰਨਾ ਮਰਜ਼ੀ, ਕੋਈ ਇੱਥੇ ਚਲਾ ਕੇ ਵੇਖ ਲਵੇ ਆਪਾਂ ਨੂੰ ਤਾਂ ਵੀ ਕੋਈ ਚੱਕਰ ਨਹੀਂਗਾ। ਠੀਕ ਆ, ਹਾਂ ਓਕੇ। ਇਹਦਾ ਜਿਵੇਂ ਗੇਅਰ ਲੈਫਟ ਦਾ ਕੰਮ ਸਾਰਾ ਓਕੇ ਹੋਇਆ ਹੋਇਆ, ਇੰਜਣ ਇਹਦਾ ਜਿੰਨਾ ਸੀਗਾ ਉਵੇਂ, ਇੰਜਣ ਨਾਲ ਛੇੜਛਾੜ ਨਹੀਂ ਕੀਤੀ ਕੋਈ ਵੀ, ਨਾ ਪੰਪ ਨਾਲ। ਅੱਛਾ, ਇਹਦਾ ਇੰਜਣ ਬਹੁਤ ਵਧੀਆ ਸੀ ਚੱਲਣ 'ਚ, ਤਾਂ ਕਰਕੇ ਨਹੀਂ ਮੈਂ ਕੀਤਾ, ਨਾ ਤੇਲ ਖਾਂਦਾ ਇਹ ਨਾ ਗਰਮੀ ਵਾਲਾ ਕੋਈ ਪ੍ਰੋਬਲਮ ਸੀ ਇਹਨੂੰ। ਅਤੇ ਲੈਫਟ ਇਹਦੀ ਵਧੀਆ ਕਰਾਤੀ ਸੀ ਪਾਵਰ ਸਟੇਅਰਿੰਗ ਤਲਵੰਡੀ, ਉਹ ਜਗਦੇਵ ਕਿਹੜਾ ਮਾਡਲ ਕਿਹੜਾ ਇਹ? ਇਹ 98 ਆ ਬਾਈ। 98, ਠੀਕ ਆ। ਅਤੇ ਇਹ ਕਿੰਨਾ ਕੰਦਾ ਜੇ ਆਪਣਾ ਰੱਖੀ ਹੋਈ ਹੈ ਡਿਮਾਂਡ ਕਹਿ ਦੇ? ਇਹਦਾ ਪ੍ਰਾਈਜ਼ ਰੱਖਿਆ 6 ਲੱਖ ਰੁਪਈਆ ਬਾਈ। ਅੱਛਾ, ਹਾਂ, ਅਤੇ ਬਾਕੀ ਥੋੜ੍ਹੀ ਬਹੁਤੀ ਰਿਆਤ ਹੋ ਸਕਦੀ ਆ, ਬਾਹਲੀ ਨਾ ਕੋਈ ਸੋਚ ਕੇ ਚੱਲੇ, ਤੁਹਾਨੂੰ ਮੈਂ ਦੱਸਿਆ ਹੀ ਸੀ ਕੱਲ੍ਹ। ਅਤੇ ਪੈਸੇ ਕੋਈ ਵੀ ਚੀਜ਼ ਆ, ਸਲਾਂਸਰ ਆਮ ਜੇ ਤੁਸੀਂ ਲੈਣਾ ਹੋਵੇ, ਸਲਾਂਸਰ 900-1000 ਰੁਪਈਏ ਤੋਂ ਸਟਾਰਟ ਹੋ ਜਾਂਦਾ। ਇਹ 3 ਦਿਨ ਟਰੈਕਟਰ ਸਲਾਂਸਰ ਵੱਲੋਂ ਹੀ ਖੜਾ ਰਿਹਾ, ਦੇਖਿਓ ਇੱਧਰ। ਮੈਂ ਇਹਨੂੰ ਆਖਿਆ ਆਪਾਂ ਰੀਜਨਲ ਹੀ ਲਾਉਣਾ ਬਾਈ, ਆ ਵੀ ਇੱਥੇ ਹੋਣਗੇ, ਬਾਰਕੋਡ ਲੱਗਾ ਹੋਇਆ ਵੀ? ਹਾਂ ਲੱਗਾ ਹੋਇਆ, ਹਾਂ ਇੱਧਰੋਂ। ਅੱਛਾ, ਕੰਪਨੀ ਦਾ ਲੱਗਾ? ਹਾਂ ਠੀਕ। ਆ ਸੀਟ ਹੋਲੈਂਡ ਦੀ ਜਿਹੜੀ ਆਉਂਦੀ ਹੈ 3630 ਨੂੰ, ਉਹ ਲਾਈ ਆ। ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਜਿੱਥੇ ਆਪਾਂ ਕਿਰਸ ਕਰਕੇ ਕੰਮ ਕੀਤਾ, ਸਾਰਾ ਕੰਮ ਆਪਦੇ ਵੱਲੋਂ ਠੋਕ ਵਜਾ ਕੇ ਕੀਤਾ। ਦੂਜਾ? ਅਤੇ ਦੂਜਾ ਟਰੈਕਟਰ ਆਪਣੇ ਕੋਲ ਹੋਲੈਂਡ ਆ। ਅੱਛਾ ਬਾਈ, ਆਪਣੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਆ, ਜਿਹੜਾ ਬੰਦਾ ਆਪਣੇ ਕੋਲ ਟਰੈਕਟਰ ਲੈਣ ਆਊਗਾ ਉਹਨੂੰ ਲਿਬੜਿਆ ਤਿਬੜਿਆ ਮਿਲ ਸਕਦਾ, ਪਰ ਆਪਾਂ 6 ਮਹੀਨਿਆਂ ਦੀ ਗਰੰਟੀ ਦੇ ਸਕਦੇ ਹਾਂ। ਆਪਣੇ ਸਾਹਮਣੇ ਚਲਾਉਣ ਵਾਲਾ ਬੰਦਾ ਹੋਵੇ, ਸਟੰਟ ਕਰਾਉਣ ਵਾਸਤੇ ਨਹੀਂ, ਕੰਮ ਕਰਨ ਵਾਸਤੇ, ਏਜੰਸੀ 'ਚੋਂ ਲੈ ਕੇ ਆਉਣਾ ਕੋਈ ਟਰੈਕਟਰ। ਇਹ ਕਿਹੜਾ ਮਾਡਲ ਆ ਇਹ? 2002 ਆ। ਹਾਂ ਠੀਕ ਆ। ਇਹ ਇਹਦੇ ਰੈਮ 'ਤੇ ਮਗਰਾੜ ਪੇਂਟ ਆ, ਅਤੇ ਇਹ ਆ ਇੱਧਰ ਇੱਧਰਲੇ ਪਾਸੇ ਜਿੱਥੇ ਤੇਲ ਪਾਉਣੇ ਆ ਉਹ ਥਾਂ ਥੋੜ੍ਹਾ ਜਿਹਾ ਪੇਂਟ ਆ, ਇਹਦੀ ਸ਼ੋ ਸਾਰੀ ਜੈਨੂ ਆਣਾ। ਇਹ ਧੋ ਕੇ ਆਪਾਂ ਇਹਦਾ ਤੁਹਾਨੂੰ ਮੈਂ ਕਲਿੱਪ ਵੀ ਭੇਜ ਦੂੰ ਧੋਤੇ ਹੋਏ ਦਾ, ਕੋਈ 2-4 ਘੰਟੇ ਜਿਹੜੇ ਮਰਜ਼ੀ ਕੰਮ 'ਤੇ। ਨਵੇਂ ਆਰਗਾ ਟਰੈਕਟਰ ਆ, ਤੁਸੀਂ ਆਹ ਦੇਖਿਓ ਇਹਦੇ, ਤੁਹਾਨੂੰ ਮੈਂ ਦਿਖਾਉਣਾ ਇੱਧਰ ਵੇਖੋ, ਪੈਰਦਾਨ ਆਹ ਦੇਖਿਓ, ਉਹ 10 ਮਾਡਲ ਹੋਲੈਂਡ ਆ ਆਪਣੇ ਕੋਲੇ, ਉਹਦੀਆਂ ਵੀ ਦਾਣੇ ਜੇ ਘਸੇ ਹੋਣਗੇ ਇੱਧਰਲੇ ਦੇਖ ਲਓ ਬਾਈ, ਜਿਵੇਂ ਨਵਾਂ ਹੁੰਦਾ ਨਵੇਂ ਦੇ ਵੀ ਇਹ ਮਾੜੇ ਮੋਟੇ ਆਪਣੇ ਪੈਰ ਰੱਖਿਆ ਤੋਂ ਘਸ ਜਾਂਦੇ ਆ। ਇਹ ਜੇ ਕੋਈ ਇਹਦਾ ਸ਼ੌਕੀਨ ਬੰਦਾ ਹੋਇਆ ਅਤੇ ਇਹ 6 ਮਹੀਨੇ ਜੇ ਕੋਈ ਤੁਹਾਡੇ ਯਕੀਨ ਵਾਲਾ ਸਾਲ ਦੀ ਗਰੰਟੀ ਦੇ ਦੂੰਗਾ, ਇਹ ਟਰੈਕਟਰ 'ਚ ਕੋਈ ਫਾਲਟ ਕੱਢ ਦੇਵੇ। ਲੈਫਟ ਗੇਅਰ, ਇੰਜਣ ਦਾ ਤੇਲ ਕਾਲਾ ਨਹੀਂ ਕਰਦਾ ਇਹ। ਅਤੇ ਤੂੰ ਮੇਰੇ ਖਿਆਲ ਨਾਲ ਸਾਰੀਆਂ ਕੰਪਨੀਆਂ ਦੇ ਚਲਾਤੇ ਆ ਟਰੈਕਟਰ, ਹੈ ਨਾ? ਹਾਂਜੀ। ਤੂੰ ਸਾਰਿਆਂ 'ਚੋਂ ਵਧੀਆ ਕਿਹਨੂੰ ਮੰਨਦਾ ਬਾਈ? ਮੈਂ ਉਸ ਚੀਜ਼ ਦੇ ਵਰਖਿਲਾਫ ਹਾਂ ਜਿਹੜਾ ਬੰਦਾ ਕਿਸੇ ਚੀਜ਼ ਨੂੰ ਦੇਖੇ ਪਰਖੇ ਬਿਨਾਂ ਕਹੀ ਜਾਵੇ, ਉਹ ਤਾਂ ਬਹੁਤ ਮਾੜੀ ਆ। ਇੱਕ ਬੰਦੇ ਨੇ ਰੱਟ ਫੜ ਲਈ ਜੀ, ਸਵਰਾਜ ਹੀ ਸਾਰਾ ਕੁਛ ਆ, ਉਹ ਵੀ ਨਹੀਂ ਸਹੀ। ਪਹਿਲਾਂ ਕੋਈ ਚੀਜ਼ ਨੂੰ ਕਹਿੰਦੇ ਹੁੰਦੇ ਇਸਤੇਮਾਲ ਕਰੋ ਅਤੇ ਫਿਰ ਵਿਸ਼ਵਾਸ ਕਰੋ। ਇਹ ਹੋਲੈਂਡ ਟਰੈਕਟਰ ਇਕੱਲੀ ਵੱਡੀ ਮਸ਼ੀਨ 'ਤੇ ਪਿੱਛੇ ਰਹਿ ਸਕਦਾ ਕਿਸੇ ਨਾਲੋਂ।
ਇਕੱਲੀ ਵੱਡੀ ਮਸ਼ੀਨ 'ਤੇ, ਬਾਕੀ ਜਿੰਨੇ ਮਾਰਕੀਟੇਟਰ ਚੱਲਦੇ ਆ ਸਾਰਿਆਂ ਦੀ ਗੋਡ ਨਹੀਂ ਲਵਾ ਕੇ ਰੱਖਦਾ ਹਰੇਕ ਕੰਮ 'ਤੇ, ਇਕੱਲੀ ਵੱਡੀ ਮਸ਼ੀਨ 'ਤੇ ਇਹ ਪਿੱਛੇ ਆ ਦੂਜਿਆਂ ਨਾਲੋਂ। ਹੋਰ ਜਿਹੜਾ ਮਰਜ਼ੀ ਕੰਮ ਹੋਵੇ ਹੋਲੈਂਡ, ਆਪਣੇ ਚੈਨਲ ਦਾ ਨਾ ਜੌਨ ਡੀਅਰ ਵਾਲੇ ਆ ਅਤੇ, ਪਰ ਮੈਂ ਇਹ ਠੋਕ ਕੇ ਕਹਿੰਦਾ ਇਕੱਲੀ ਵੱਡੀ ਮਸ਼ੀਨ ਨੂੰ ਛੱਡ ਕੇ ਹੋਰ ਜਿਹੜਾ ਮਰਜ਼ੀ ਕੰਮ ਲੈਣਾ ਹਰੇਕ ਕੰਮ 'ਤੇ ਗੋਡ ਨਹੀਂ ਲਵਾ ਦਿੰਦਾ, ਹਰੇਕ ਟਰੈਕਟਰ ਦੀ ਇਹਦੇ ਬਰਾਬਰ ਦੀ ਕੈਟਾਗਰੀ ਵਾਲੇ ਦੀ। ਜਦੋਂ ਨਾ ਤੂੰ ਵੀਡੀਓ ਵੇਖਦਾ ਮੈਂ ਕਹੀ ਨਾ, ਮੈਨੂੰ ਹੈਰਾਨੀ ਹੁੰਦੀ, ਅਗਲਾ ਕੋਈ ਕਹਿੰਦਾ ਯਾਰ ਇਹਦੀਆਂ ਲਿੰਕਾਂ ਬਾਹਲੀਆਂ ਲੰਮੀਆਂ, ਕੋਈ ਕਹਿੰਦਾ ਇਹਦੇ ਆ ਜਿਹਦੇ ਹੋਲੈਂਡ ਹੋਲੈਂਡ ਹੀ ਤਾਂ ਹੈ ਜੇ ਇਹਦੀਆਂ ਲਿੰਕਾਂ ਲੰਮੀਆਂ ਅਤੇ ਇਹਦੇ ਡੈਕਸ਼ਨ ਹੈ। ਇਹਨਾਂ ਨੇ ਟਰੈਕਟਰ ਕੱਢੇ ਆ ਸਿੱਧੇ ਐਕਸਲਾਂ ਵਾਲੇ, ਉਹ ਜਿਹੜੇ ਟਰੈਕਟਰ ਦੀ 12 ਲੱਖ ਪ੍ਰਾਈਜ਼ ਆ ਉਹ 3-3 ਲੱਖ ਦੇ ਵਿਕਦੇ ਆ, 61-10 ਹੋ ਗਿਆ ਫਲਾਨਾ 10 ਹੋ ਗਿਆ ਇਹਨਾਂ ਦਾ। ਹਾਂ ਹੋਲੈਂਡ ਦਾ ਜਿਹੜਾ ਸਿੱਧੇ, ਇੱਕ ਗੱਲ ਹੋਰ ਆ ਹਾਂਜੀ, ਜਿਹੜਾ ਹੋਲੈਂਡ ਦਾ ਵਾ ਜਿਹੜੇ ਬੰਦਿਆਂ ਕੋਲ ਹੈਗਾ ਜਾਂ ਜਿਹਨਾਂ ਕੋਲ ਨਹੀਂ ਵੀ ਹੈਗਾ, ਹਰੇਕ ਬੰਦਾ ਦਾ ਜਿਵੇਂ ਹੁਣ ਜਿਹਨਾਂ ਇਹਨਾਂ ਦੇ ਇੰਪਲੀਮੈਂਟ ਆ ਗਏ ਹਾਂਜੀ ਯਾਰ, ਵੀ ਸਪੇਅਰ ਪਾਰਟ ਬਹੁਤ ਮਹਿੰਗਾ ਭਾਈ ਇਹ ਨਾ। ਮੈਂ ਤਾਂ ਜਿੱਥੋਂ ਤੀਕਰ ਕਹਿੰਦਾ, ਜੇ ਆਪਾਂ ਕੋਈ ਹੁਣ ਕਿਸੇ ਜ਼ਿਮੀਂਦਾਰ ਨੇ ਟਰੈਕਟਰ ਲੈਣਾ, ਅਗਲਾ ਕਹਿੰਦਾ ਵੀ ਅਸੀਂ ਕਿ ਨਚਿੱਤੀ 'ਚ ਹਾਂ, ਮੈਂ ਤਾਂ ਹੋਲੈਂਡ ਲੈ ਲਓ, ਜੌਨ ਡੀਅਰ ਲੈ ਲਓ, ਸਵਰਾਜ, ਅਤੇ ਥੋੜ੍ਹਾ ਜਿਹਾ ਆ ਜਾਓ ਤੁਸੀਂ ਸੋਨਾ ਲੀਕਾ ਲਈ ਐਂਡ ਅਤੇ ਅਰਜਨਲ ਲਈ, ਇਹੀ ਟਰੈਕਟਰ ਲੈਣ 'ਚ ਫਾਇਦਾ ਅਤੇ ਇਹੀ ਕੰਮ ਕਰਦੇ ਆ। ਸਭ ਤੋਂ ਜਿਹੜੇ ਬੰਦੇ ਨੇ ਪੀ ਟੀ ਓ ਦਾ ਕੰਮ ਵੱਡੀ ਮਸ਼ੀਨ ਦਾ ਕੰਮ ਨਹੀਂ ਲੈਣਾ, ਉਹਨੂੰ ਹੋਲੈਂਡ ਚਾਹੀਦਾ। ਹੁਣ ਵਾਲਿਆਂ ਦੀ ਮੈਂ ਨਹੀਂ ਗਰੰਟੀ ਚੱਕਦਾ, 10-12 ਮਾਡਲ ਟਰੈਕਟਰ ਤਕਰੀਬਨ 4.25 ਲੱਖ ਇੱਥੇ ਕੇ ਰੇਂਜ ਤਾਂ ਮਿਲ ਜਾਂਦਾ, ਇਹਨਾਂ ਦਾ ਕੋਈ ਤੋੜ ਨਹੀਂ ਗਾ। ਇਹਦੇ ਨਾ ਤੁਸੀਂ ਆਹ ਡੈਕਸ਼ਨ ਆਹ ਦੇਖਿਓ, ਇਹਦੀਆਂ ਲਿੰਕਾਂ ਜਿੰਨੀਆਂ ਮਰਜ਼ੀ ਲੰਮੀਆਂ ਹੈ, ਹਾਲੇ ਤਾਂ ਗੈਠ ਦੂਰ ਹੀ ਰਹਿੰਦੇ ਆ ਟਾਇਰਾਂ ਤੋਂ, ਇਕੱਲੀਆਂ ਆਪਾਂ ਉੱਥੋਂ ਵੇਖਦੇ ਰਹਿੰਦੇ ਹਾਂ। ਆਹ ਦੇਖਿਓ ਹਾਲ ਜਿੰਨੇ ਇੰਟਰ ਦੇ ਨੇੜੇ ਰਹਿੰਦੇ ਉਨੇ ਇਹਦੇ ਨੇੜੇ ਰਹਿੰਦੇ, ਇਹ ਨਹੀਂ ਵੀ ਇਹਦੀਆਂ ਲਿੰਕਾਂ ਲੰਮੀਆਂ ਅਤੇ ਗਾਂਹ ਜਾੜ, ਇਹਦੇ ਉਨਾ ਸਮਾਨ ਉਹ ਗਾਂਹ ਲੱਗਾ ਹੋਇਆ ਜਿੱਥੇ ਲਿੰਕਾਂ ਫਿੱਟ ਹੁੰਦੀਆਂ, ਉਹ ਅਗਲਾ ਵੇਖ ਕੇ ਕਹੀ ਜਾਂਦਾ ਲਿੰਕਾਂ ਬਹੁਤ, ਇਹਨੂੰ ਆਪਾਂ ਚਲਾ ਕੇ ਵਿਖਾਵਾਂਗੇ। ਇਹ ਜਿਹੜਾ ਵੀ ਬੰਦਾ ਆਪਣੀ ਵੀਡੀਓ ਵੇਖਦਾ ਮੇਰੇ ਕੋਲ, ਉਹ ਬੰਦਾ ਆਵੇ ਟਰੈਕਟਰ ਲੈਣ ਜਿਹੜੇ ਬੰਦੇ ਨੂੰ ਚੀਜ਼ ਦੀ ਪਰਖ, ਇਹ ਨਵਾਂ ਟਰੈਕਟਰ ਲੈਣਾ ਉਹਨੇ, ਇੱਕ ਵੀ ਪੈਸਾ ਕਿਤੇ ਲੱਗਦਾ ਹੋਇਆ ਮੈਂ ਦੇਣਦਾਰ, ਇੱਕ ਵੀ ਪੈਸਾ ਜਿੰਨੇ ਟਰੈਕਟਰ ਆਪਣੇ ਕੋਲ ਖੜੇ ਆ, ਇਹਦਾ ਤੁਹਾਨੂੰ ਇਹਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਆਉਣੇ, ਇਹਦੀ ਲੈਫਟ ਆ ਨਾ, ਆਹ ਦੇਖਿਓ ਇਹਦੀ ਲੈਫਟ ਦਾ ਕੋਈ ਕੰਮ ਆ, ਇਹਦੇ ਥੱਲੇ ਵਾਲੇ ਪਾਸੇ ਨੂੰ ਛੇੜਛਾੜ ਕੋਈ ਨਹੀਂ ਗੀ, 10 ਮਿੰਟਾਂ 'ਚ ਉਹਨੇ ਲੈਫਟ ਆਪਾਂ ਚੱਕ ਕੇ ਪਾਸੇ ਰੱਖ ਲੈਣਾ, 6-7 ਹਜ਼ਾਰ ਰੁਪਈਆ ਇਹਦੀ ਲੈਫਟ 'ਤੇ ਲੱਗਦਾ ਜੇ ਫੋਲੋ ਕੇ ਕਰਨੀ ਆ, ਥੱਲੇ ਵਾਲੇ ਪਾਸੇ ਨਾਲ ਕੋਈ ਕਨੈਕਟ ਨਹੀਂ ਗਾ। ਆਮ ਟਰੈਕਟਰ ਜੇ ਮਹਿੰਦਰੇ ਦੀ ਲੈਫਟ ਖੋਲਣੀ ਆ, ਹੋਰ ਟਰੈਕਟਰ ਦੀ ਖੋਲਣੀ ਆ, ਕਿੰਨੀ ਜਗਾੜਬਾਜ਼ੀ ਕਰਨੀ ਪੈਂਦੀ ਆ। ਇਹਦੇ ਉਤਲੇ ਪਾਸੇ 6 ਦੀ ਆ ਇਕੱਲੇ ਤੇਲ ਜਾਣ ਵਾਸਤੇ, ਅੱਛਾ ਉੱਤੋਂ ਬੰਦ ਆ ਇਹ, ਠੀਕ ਆ ਵੀ ਐਂ ਨਹੀਂ ਜੇ ਆਪਾਂ ਲੈਫਟ ਆਪਾਂ ਚੱਕ ਲਿਆ ਤਾਂ ਆਪਾਂ ਨੂੰ ਕਰਾਉਣ ਦਿਸੂਗਾ ਇਹਦਾ, ਇਹ ਉੱਤੇ ਹੀ ਪਿਆ ਉਹ ਜਿੰਨਾ ਵੱਟਾ ਇਹਦਾ ਇੰਨਾ ਥਾਂ, ਬਸ ਇਹ ਚੀਜ਼ ਜੇ ਕੋਈ ਨੁਕਸ ਪੈਂਦਾ, ਪਹਿਲੀ ਗੱਲ ਤਾਂ ਪੈਂਦਾ ਨਹੀਂ ਕਿਉਂਕਿ ਉਹਨਾਂ ਨੇ ਬਦਨਾਮ ਕਰਨਾ ਮਿਸਤਰੀਆਂ ਦੇ, ਜਾਂਦਾ ਨਹੀਂ ਇਹ, ਠੀਕ ਹੈ ਅਗਲੇ ਨੇ ਕਹਿਣਾ ਹੀ ਇਹ ਮਾੜਾ, ਆਹੋ ਮੇਨ ਚੀਜ਼ ਤਾਂ ਉੱਥੇ। ਹਾਂ ਇਹ ਥੋੜ੍ਹੀ ਬਹੁਤੀ ਜਿਵੇਂ ਮਨ ਚੂੰਚਾਂ ਕਰਦਾ ਰਹਿੰਦਾ, ਕਿਵੇਂ ਸੀਲ ਲੀਕ ਹੋ ਗਈ ਮਗਰਲੇ ਚੱਕੇ ਦੀ, ਜੇ ਆਪਾਂ ਉਹ ਵੀ ਹੁਣ ਤਾਂ ਉਹ ਲਾਉਣ ਲੱਗ ਗਏ ਪਾਈਪਾਂ ਹੀ ਆ ਜਾਂ ਕੋਈ ਫਿਲਟਰ ਲਾ ਦਿੰਦਾ, ਫਿਰ ਤਾਂ ਜਮ੍ਹਾਂ ਹੀ ਕਮੀ ਨਿਕਲ ਜਾਂਦੀ। ਨਹੀਂ ਇਹਨੂੰ ਸਭ ਤੋਂ ਵੱਡੀ ਸਮੱਸਿਆ ਆਉਂਦੀ ਜਿਵੇਂ ਲੰਮਾ ਚੱਲਦਾ, ਇਹਦੀ ਸੀਲ ਲੀਕ ਹੋ ਜਾਂਦੀ ਆ ਜਦੋਂ ਹਵਾ ਬਣ ਜਾਂਦੀ ਡੈਕਸ਼ਨ 'ਚ, ਉਹ ਵੀ ਤਾਂ ਜੇ ਆਪਾਂ ਤੇਲ ਤੂਲ ਮੌਕੇ 'ਤੇ ਬਦਲੀ ਨਹੀਂ ਕਰਦੇ, ਜਿਹੜਾ ਸਹੀ ਕੰਪਨੀ ਦਾ ਤੇਲ ਆਉਂਦਾ ਫਿਰ ਉਹ ਵੀ ਨਹੀਂ ਸੀਲ ਲੀਕ ਹੁੰਦੀ। ਅਤੇ ਜੌਨ ਡੀਅਰ ਤਾਂ ਤੁਸੀਂ ਲੈ ਲਿਆ ਘੇਰਾਂ, ਉਹਨੂੰ ਪਾਪਾ ਮੇਰਾ ਆਉਂਦਾ ਹੁੰਦਾ ਵੀ ਜੌਨ ਡੀਅਰ ਨਾਲ ਛੇੜਛਾੜ ਨਾ ਹੋਵੇ ਨਵਾਂ ਲੈ ਕੇ, ਅਤੇ ਉਹ 2 ਪੀੜ੍ਹੀਆਂ ਬੁੱਢੀਆਂ ਕਰ ਸਕਦਾ ਬਿਨਾਂ ਮਿਸਤਰੀ ਦੇ ਗਏ। ਇਹ 2002 ਮਾਡਲ ਆ, ਇਹਦਾ ਸੈਟਿੰਗ ਕਹਿ ਲਓ, ਇਹਦੀ ਸਰਵਿਸ ਕੀਤੀ ਤੋਂ ਇਹਨੇ ਘੱਟੋ ਘੱਟ 20 ਦਿਨ ਤੇਲ ਕਾਲਾ ਨਹੀਂ ਕੀਤਾ, ਜੇਬ ਜਿਹਾ ਪਾਇਆ ਸੀਗਾ ਉਹ ਜਿਹਾ ਹੀ ਰਹਿੰਦਾ ਜੀ। ਟੂੜੀ ਵਾਲੀ ਮਸ਼ੀਨ 'ਤੇ ਵੀ ਆਪਾਂ ਚਲਾਇਆ, ਜਿਹੜਾ ਸਾਰਾ ਕੰਮ ਚਲਾਉਣ 'ਚ ਇੰਨੀ ਸਟਾਰਟਿੰਗ ਸਟੂਟਿੰਗ ਇਹਦੀ ਆਵਾਜ਼ ਸੁਣਾਉਣਾ ਮੈਂ ਤੁਹਾਨੂੰ, ਕਰ ਸਕਦਾ ਸਟਾਰਟ ਕਰਦੇ ਕਰ ਕਰ
ਭਾਰਤ ਦੇ ਵਿੱਚ ਸਭ ਤੋਂ ਵੱਧ ਟਰੈਕਟਰ ਕਿਹੜੇ ਜ਼ਿਆਦਾ ਵਿਕੇ? ਉਦੋਂ ਅਰਜਨ ਦੀ ਆਪਣੀ ਮਹਿੰਦਰਾ ਦੀ ਸਭ ਤੋਂ ਉੱਤੇ ਆਉਂਦੀ ਲਿਸਟ ਮਹਿੰਦਰਾ ਦੀ ਕੈਟਾਗਰੀ 'ਚ ਬਈ ਮੈਂ ਤੁਸੀਂ ਅਰਜਨ ਤੋਂ ਥੱਲੇ ਜਿੰਨੀ ਆਉਂਦੇ ਆ ਉਹ ਮੈਨੂੰ ਬਹੁਤ ਪਸੰਦ ਆ। 575 ਹੋ ਗਿਆ, 475 ਹੋ ਗਿਆ, 265 ਹੋ ਗਿਆ, ਉਹ ਆਪਦੇ ਵੈਦ ਤੋਂ ਕਈ ਗੁਣੇ ਜ਼ਿਆਦਾ ਜ਼ੋਰ ਲਾਉਂਦੇ ਆ। 265 ਟਰੈਕਟਰ ਨਾ ਜੇ ਕੋਈ ਸਿੰਪਲ ਕੰਮ ਲੈਣਾ, ਟਰਾਲੀ ਦਾ ਕੰਮ ਲੈਣਾ, ਵੱਡਿਆਂ ਵੱਡਿਆਂ ਦੀ ਗੋਡ ਨਹੀਂ ਲਵਾ ਕੇ ਰੱਖਦਾ 265 ਹੀ। ਠੀਕ ਆ, ਪਰ ਇਦੂ ਉਤਲੇ ਨਹੀਂ ਮੈਨੂੰ ਪਸੰਦ, ਨੋਵੋ ਮਾਡਲ ਨਹੀਂ ਮੈਨੂੰ, ਮੈਨੂੰ ਨਹੀਂ ਪਸੰਦ ਗਾ, ਕਿਸੇ ਦੀ ਪਸੰਦ ਹੋਵੇ ਕਹਿ ਨਹੀਂ ਸਕਦਾ ਗਾ। ਕੋਈ ਵੀ ਚੀਜ਼ ਆ ਨਾ ਜੀ ਉਹਨੇ ਖਰਾਬ ਤਾਂ ਹੋਣਾ ਹੀ ਨਾ, ਹਾਂ ਬੰਦਾ ਉਹ ਬਿਮਾਰ ਤਾਂ ਹੋਊਗਾ ਹੀ। ਕਈ ਕੰਪਨੀਆਂ ਨੇ ਇਹ ਜਮ੍ਹਾਂ ਸੋਚਦੀਆਂ ਹੀ ਨਹੀਂ ਆ, ਇਹਨੂੰ ਇਹਦਾ ਕਲੱਚ ਅੱਡ ਕਰਨਾ ਹੈ ਜਾਂ ਇਹਦਾ ਲੈਫਟ ਆਪਾਂ ਚੱਕਣਾ ਹੈ, ਮਿਸਤਰੀ ਨੂੰ ਝੱਟ ਪਟਕਾ ਖੇਡ ਲੱਗਦਾ। ਜੌਂਡੀਅਰ ਦਾ ਕੋਈ ਕੰਮ ਕਰਨਾ ਬਸ ਜੀ ਆਹ ਨਟ ਜਿਹੜੀ ਚੀਜ਼ ਨੂੰ ਖੋਲ੍ਹਣਾ, ਅਲਟੀਨੇਟਰ ਖੋਲ੍ਹਣਾ ਅਤੇ ਅਲਟੀਨੇਟਰ ਹੀ ਖੋਲ੍ਹਣਾ ਪੈਣਾ। ਜੇ ਕੋਈ ਹੋਰ ਬ੍ਰਾਂਡ ਆ ਜਿਹੜੇ ਮੈਂ ਇਹਦੇ ਪਾਸੇ ਗਏ ਆ, ਉਹ ਤਾਂ ਹੀ ਲੋਕ ਉਹਨਾਂ ਤੋਂ ਸ਼ੱਕੀ ਹੋ ਜਾਂਦੇ, ਉਹਦੇ ਪਹਿਲਾਂ 1500 ਚੀਜ਼ ਹੋਰ ਖੋਲ੍ਹਣੀ ਪੈਂਦੀ ਆ। ਐਗਰੀ ਕਹਿੰਗ ਟਰੈਕਟਰ ਆਉਂਦਾ, ਹਾਂ ਉਹਦਾ ਕਲੱਚ ਕਰਨਾ ਹੋਵੇ ਤਾਂ ਤੁਸੀਂ ਮਿਸਤਰੀ ਨੂੰ ਪੁੱਛੋ ਵੀ ਕੀ ਖੋਲ੍ਹਣਾ ਪੈਂਦਾ, ਕਲੱਚ ਤਾਂ ਕਰਨਾ ਹੀ ਪਊ। 2000 ਘੰਟਾ ਚੱਲ ਜੂ, 6000 ਹਾਂ ਉਹਦਾ ਇੱਕ ਦੋ ਬੰਦਿਆਂ ਦੀ ਇੱਕ ਇਹ ਕਲੱਚ ਦਾ ਪਾਕੀ ਸਮਾਨ ਖੋਲ੍ਹਣ ਵਾਸਤੇ ਪਲੇਟਫਾਰਮ ਖੋਲ੍ਹਣ ਵਾਸਤੇ ਇੰਨਾ ਟਾਈਮ ਲੱਗ ਜਾਂਦਾ। ਇਹ ਹੋਲੈਂਡ ਤਾਂ ਹੈ ਜੇ ਇਹਦੇ ਡੈਕਸ਼ਨ ਹੈ, ਜਿੱਦਣ ਇਹ ਕੰਪਨੀ ਨੇ ਲੋਕਾਂ ਦੇ ਕਹਿਣ 'ਤੇ ਕਰਕੇ ਵੇਖਿਆ ਸੀਗਾ ਸਿੱਧੇ ਐਕਸਲਾਂ ਵਾਲਾ, ਤੁਸੀਂ ਉਹ 61 ਉਹਦਾ ਮਾਡਲ ਦਾ ਨਾਂ ਜਿਹੜਾ ਮੈਂ ਵੇਖਿਆ, ਹੋਰ ਵੀ ਆਉਂਦੇ ਹੋਣਗੇ, ਪਰ ਉਹ ਇਹਦਾ ਤੋੜ ਨਹੀਂ। ਇਹ ਜਿਹੜੇ ਕੰਮ ਵਾਸਤੇ ਤੁਸੀਂ ਜਿਹੜੇ ਬੰਦੇ ਚਾਰ ਪਾਉਂਦੇ ਆ ਉਹਨਾਂ ਨੂੰ ਪਤਾ, ਕਿਉਂਕਿ ਜਿਵੇਂ ਵਿਚੋਲਿਆਂ ਨੂੰ ਪਤਾ ਹੁੰਦਾ ਕਿਹੜੇ ਪਿੰਡ 'ਚ ਕਿਹੜਾ ਬੰਦਾ, ਉਵੇਂ ਜਿਹੜੇ ਬੰਦੇ ਚਾਰ ਦਾ ਕੰਮ ਕਰਦੇ ਮੱਕੀ ਦਾ, ਤੁਸੀਂ ਉਹਨਾਂ ਨੂੰ ਪੁੱਛ ਕੇ ਵੇਖ ਲਿਓ ਵੀ ਜੇ ਖੋਭਾ ਹੈ ਤਾਂ ਕਿਹੜਾ ਟਰੈਕਟਰ ਟਰਾਲੀ ਕੱਢ ਕੇ ਲਿਆਉਂਦਾ। ਮਾਰਨਾ ਕਰਾਸਾਂ ਨੂੰ ਗਰੀਸ ਨਹੀਂ ਹੁੰਦਾ, ਅਤੇ ਜਦੋਂ ਤੱਤੇ ਹੋਈ ਜਾਂਦੇ ਅਤੇ ਉਹਨਾਂ ਦੀਆਂ ਵੀਡੀਓ ਪਾਈ ਜਾਂਦੇ ਨੇ ਅਤੇ ਸਾਡੇ ਝੋਟੇ ਨੇ ਗਰਮ ਕਰਤਾ, ਸਾਡੇ ਝੋਟੇ ਨੇ ਕਰਾਸ ਤਾਂ 200 horsepower ਟਰੈਕਟਰ ਗਰਮ ਨਹੀਂ ਕਰ ਸਕਦਾ ਜੇ ਗਰੀਸ ਹੋਇਆ ਹੋਵੇ। ਹਾਂ ਸਹੀ ਹੈ, ਕਰਾਸ ਬਣਿਆ ਹੀ ਚੱਲਣ ਵਾਸਤੇ ਆ ਬਾਈ, ਬਿਲਕੁਲ 6 ਸਿਲੰਡਰ ਗੱਡੀ ਆ, ਟਰੱਕ ਆ, ਉਹਦੇ ਵੀ ਕਰਾਸ ਚੱਲਦਾ ਥੱਲੇ, ਅਤੇ ਇੱਥੇ ਮਾੜਾ ਜਿਹਾ ਮਾਰਿਆ ਗਰੀਸ ਨਹੀਂ ਹੁੰਦਾ, ਉਹ ਤਾਂ 25 ਗਰਾਂ ਟਰੈਕਟਰ ਕਰਾਸ ਖਰਾਬ ਆ, ਉਹਦੇ ਮਗਰ ਪਾ ਦਿਓ, ਇਹਨੇ 5 ਮਿੰਟ ਜੱਗ ਨਿਕਲਣ ਲਾ ਦੇਣੀ। ਉਸ ਚੀਜ਼ ਪਿੱਛੇ ਬਾਹਲੀ ਬਹਿਸ ਚੱਲੀ ਜਾਂਦੀ ਆ ਆਪਣੀ। ਤੁਸੀਂ ਮੈਨੂੰ ਇਹ ਦੱਸੋ ਵੀ ਤਵੀਆਂ ਜਾਂ ਹਲ ਜੇ ਆਪਾਂ ਇਹਨੂੰ ਭਜਾ ਕੇ ਚਲਾਵਾਂਗੇ ਤਾਂ ਹਲ ਵੱਧ ਜਾਣਗੇ? ਜਦੋਂ ਆਪਾਂ ਜਿਹੜੀ ਚੀਜ਼ ਇਹ ਗੋਰਿਆਂ ਦੀ ਕਾਢ ਆ ਜੌਂਡੀਅਰ, ਉਹਨਾਂ ਦੇ ਇੰਪਲੀਮੈਂਟ ਵਧਾਈ ਜਾਂਦੇ, ਉਹ ਵੱਡੇ ਕਰੀ ਜਾਂਦੇ ਆ, ਟਰੈਕਟਰ ਉਹਨਾਂ ਦਾ ਮੱਠਾ ਹੀ ਤੁਰਦਾ, ਐਂ ਨਹੀਂ ਵੀ ਰੇਸ ਹੋ ਰੇਸ ਆ। ਇੱਥੇ ਜਿਵੇਂ ਹੁਣ ਰੂਟਾਵੇਟਰ ਦੀ ਐਡ ਕਰਤੀ ਜੀ, ਗਲਾਸ ਰੱਖਤਾ ਉੱਤੇ ਪਾਣੀ ਡੋਲਦਾ ਨਹੀਂ, ਅਤੇ ਡੋਲੀ ਜਾਵੇ ਪੈਲੀ ਤਾਂ ਵਾਹੁਣੀ ਚਾਹੀਦੀ ਆ। ਸੁੱਕੇ ਵਾਹਣ 'ਚ ਰੂਟਾਵੇਟਰ 'ਤੇ ਕਿੰਨਾ ਕੁ ਜ਼ੋਰ ਲੱਗਦਾ ਬਾਈ, ਸੁੱਕੇ ਵਾਹਣ 'ਚ ਤੁਸੀਂ ਰੇਤਾ ਵਾਲੇ ਥਾਂ 'ਤੇ ਲੈ ਕੇ ਚੱਲੋ, ਭੰਬਦੀ 25 ਗਰਾਂ ਨੂੰ ਪਾ ਦਿਓ, ਆਹ ਰੂਟਾਵੇਟਰ 'ਤੇ ਨਹੀਂ ਜ਼ੋਰ ਲੱਗਣਾ। ਜਲੰਧਰ ਵਾਲੇ ਪਾਸੇ ਜਿੱਥੇ ਬਲੀ ਦਾ ਘਾਹ ਪਤਾ ਤਾਂ ਉੱਥੇ ਲੱਗਦਾ, ਉੱਥੇ ਗਲਾਸ ਰੱਖ ਕੇ ਵਿਖਾਉਣ। ਆਹ ਜਿਹੜਾ ਜਿੱਥੇ ਮੇਲਾ ਹੁੰਦਾ ਸੂਸਾਂ ਵਾਲਾ, ਬੜੀ ਐਡ ਜੀ ਚੱਲਦੀ ਹੈ, ਉਸ ਏਰੀਏ 'ਚ ਰੂਟਾਵੇਟਰ ਚੱਲਦੇ ਹੀ ਨਹੀਂ ਗੇ। ਅੱਛਾ, ਨਾ ਉੱਥੇ ਚੀਕਣੀ ਮਿੱਟੀ ਆ, ਜਦੋਂ ਮਾੜਾ ਉਹਨੇ ਗੋਲ ਹੋ ਜਾਣਾ। ਜੇ ਕੋਈ ਵੀ ਬ੍ਰਾਂਡ ਕਹਿੰਦਾ ਮੈਂ ਚਲਾਉਣਾ ਤਾਂ ਆਪਾਂ ਵੇਖ ਲਵਾਂਗੇ, ਉੱਥੇ ਲਿਜਾ ਕੇ ਰੱਖੇ ਪਿਆ, ਕੋਈ ਨਹੀਂ ਚੱਲਦਾ ਰੂਟਾਵੇਟਰ। ਠੀਕ ਆ, ਹਰ ਤਵੀਆਂ ਹੁਣ ਸੁੱਕੇ ਵਾਹਣ 'ਚ ਭਜਾਈ ਫਿਰੋ, ਤੀਜੇ 'ਚ ਉਹ 25 ਗਰਾਂ ਲਈ ਫਿਰੋ, ਤੀਜੇ ਲੋ 'ਚ ਹਾਈ 'ਚ ਹੁਣ ਸੁੱਕੇ ਵਾਹਣ ਆ। ਹਲਾਂ 'ਤੇ ਵੀ ਗਿੱਲੇ ਵਾਹਣ 'ਚ ਜ਼ੋਰ ਬਹੁਤ ਲੱਗਦਾ, ਸੁੱਕੇ ਵਾਹਣ 'ਚ ਹਲ ਲੱਗਦੇ ਹੋਣ ਸਹੀ, ਬਹੁਤ ਜ਼ੋਰ ਘੱਟ ਲੱਗਦਾ ਟਰੈਕਟਰ ਦਾ। ਟਰੈਕਟਰ 4x4 ਆ, ਅਤੇ ਅੱਗ ਆਪਾਂ ਇੱਕ ਪਾਸੇ ਦੂਜੇ ਪਾਸੇ ਲਾ ਦੇਣੀ ਆ। ਜਿੰਨੀਆਂ ਰੀਲਾਂ ਵੇਖ ਲਿਓ 4x4 ਵਾਲਿਆਂ ਦੀ ਅੱਗ ਬਾਹਲੀ ਲਾਈ ਵੀ ਆ,
ਸਹੀ ਹੈ ਜਿਹੜੇ ਮੇਰੇ ਵਰਗੇ ਕੋਲ ਮੈਂ ਤਾਂ ਉਹ ਟਰੈਕਟਰ ਆਪਣੇ ਕੋਲ ਉਹ ਹੋਲੈਂਡ ਆ ਟਰੈਕਟਰ ਵੱਡੇ ਵੀ ਖੜ੍ਹੇ ਸੀਗੇ ਉਹ ਜੌਂਡੀਅਰ ਪੈਲੀ ਮੈਂ ਉਹਦੇ ਨਾਲ ਵਾਹੀ ਆ ਵੀ ਮਾੜੀ ਮੋਟੀ ਇਹ ਸੰਗ ਖਾਣ ਸਾਰੇ ਹੱਲ ਹੋ ਜਾਂਦੇ ਆ ਸਾਰਾ ਕੁਛ ਸਰਕਾਰ ਜੇ ਰੋਕਦੀ ਆ ਕਿਸੇ ਗੱਲੋਂ ਅਤੇ ਖੀਰੀ ਮੁੜ ਘੁੜ ਕੇ ਆਪਣੀ ਵਾਪਸੀ ਕਰਦੇ ਆ ਕਿੱਡੇ ਕਿੰਨੇ ਸੋਹਣੇ ਦਰਖਤ ਮਚਾਤੇ ਯਾਰ ਲੋਕਾਂ ਨੇ ਬਹੁਤ ਮੱਚਦੇ ਆ ਬਹੁਤ ਜ਼ਿਆਦਾ ਮਾੜਾ ਮੋਟਾ ਜੇ ਟਰੈਕਟਰ ਵੱਡਾ ਲਿਆ ਉਹ ਤੋਂ ਵੱਡਿਆਂ ਵਾਲੇ ਕੰਮ ਵੀ ਲਾਓ ਕਿ ਇਕੱਲੀਆਂ ਰੀਲਾਂ ਬਣਾਉਣੀਆਂ ਵੀ ਚਾਰੇ ਟਾਇਰ ਜ਼ੋਰ ਲਾਉਂਦੇ ਆ ਇਹ ਜਸ਼ਨ ਨੂੰ ਕਹਿ ਕੱਢ ਕੇ ਵਿਖਾਊਂਗਾ ਅਜੇ ਉਹਰੇ ਕੱਢ ਕੇ ਵਿਖਾ ਦੀ ਤੂੰ ਜਿੰਨੇ ਜ਼ਿਆਦਾ ਵੱਡੇ ਟਰੈਕਟਰਾਂ ਵਾਲੇ ਉਹਨਾਂ ਦੀ ਵੱਧ ਅੱਗ ਲਾਈ ਸਹੀ ਆ ਦੂਜਾ ਨਾ ਦੂਜਾ ਅਗਲਾ ਫਿਰ ਸੋਚਦਾ ਯਾਰ ਕੋਈ ਨਾ ਇਹ 25/11 ਇਹ 86 ਮਾਡਲ ਅੱਛਾ ਇਹ ਡੀ ਆਈ ਹੋਇਆ ਪਿਆ ਅਤੇ ਇਹਦੇ ਮਗਰਲਾ ਕਰਾਉਣ ਪੀਣ ਉਹ ਵਾਲ ਵਾਲਾ ਪਿਆ ਪਿਆ ਆਮ ਸਿੱਧਾ ਆਉਂਦਾ ਜੀ 25/11 ਦੀ ਅੱਛਾ ਇਹਦੇ ਮਗਲੇ ਹਿੱਸੇ ਦੀ ਆਵਾਜ਼ ਡੀ ਆਈ ਵਰਗੀ ਆ ਚਲਾ ਕੇ ਵੇਖ ਲਵੇ ਕੋਈ ਕੌਂ ਕੌਂ ਵਾਲਾ ਤਾਂ ਮੁੱਦਾ ਹੀ ਮੁੱਕਿਆ ਪਿਆ ਅੱਛਾ ਉਹ ਨਹੀਂ ਇਹ ਖਣੀ ਤਾਂ ਮੈਂ ਚਲਾਇਆ ਜ਼ਿਆਦਾ ਆ ਪਰ ਜੇ ਟਰੈਕਟਰ ਛੋਟਾ ਹੈ ਇਹ ਤੋਂ ਆਪਾਂ ਇਹਦੇ ਵੱਧ ਤੋਂ ਵੱਧ ਕੰਮ ਲਵਾਂਗੇ 5 ਜਾਂ 6 ਕਿੱਲਿਆਂ ਦੀ ਕਣਕ ਪਾ ਕੇ ਟਰਾਲੇ 'ਚ ਲੈ ਕੇ ਜਾਵਾਂਗੇ ਟਰੈਕਟਰ ਦਾ ਇੰਜਣ ਤਕੜਾ ਬਣਿਆ ਚੀਜ਼ਾਂ ਤਾਂ ਉਹੀ ਕੰਪਨੀ ਨੇ ਉਸ ਹਿਸਾਬ ਨਾਲ ਲਾਈਆਂ ਹੋਈਆਂ 17 ਦੀ ਮੋਟਰ ਸਾਡੇ 100 ਆਪਾਂ ਉਦੋਂ ਵੀ ਵੀਡੀਓ ਕੀਤੀ ਸੀ ਨਾ ਇਹਦੀ 17 ਦੀ ਮੋਟਰ ਅਸੀਂ ਆਸ਼ਾ ਲਿਆਂਦਾ ਸੀ ਉਹ ਇਕੱਲੀ ਟਰਾਲੀ ਕਰਦਾ ਜੀ ਕੰਮ ਟਰਾਲੀ ਵਾਲਾ ਹੀ ਅੱਛਾ ਹੋਰ ਉਹਨੂੰ ਉਹ ਤੋਂ ਕੋਈ ਕੰਮ ਨਹੀਂ ਹੋ ਸਕਦਾ ਜੀ ਠੀਕ ਆ ਇਹ ਟਰੈਕਟਰ ਅੜੇ ਥੋੜ੍ਹੇ ਉਹ ਕੰਮ ਵੀ ਕਰ ਦਿੰਦਾ ਜਿਹੜਾ ਹੋਲੈਂਡ ਨੇ ਕਰਨਾ ਜਿਹੜਾ ਜੌਂਡੀਅਰ ਨੇ ਕਰਨਾ ਖੇਤ ਆਪਾਂ ਮੋਟਰ ਚਲਾਉਣੀ ਪਨੀਰੀ ਨੂੰ ਪਾਣੀ ਲਾਉਣਾ ਇਹ ਚਲਾ ਦੂਗਾ